ਚੁੰਮੇ ਦੀ ਆਜੇ ਆਫਾ ਲੱਗਦੀ ਪਈ ਚੁੰਮੇ ਦੀ। ਇਹਨਾਂ ਦਾ ਕੱਦ ਦੇਖ, ਇਹਨਾਂ ਦਾ ਵਜੂਦ ਦੇਖ, ਇਹਨਾਂ ਦੀ ਲੰਬਾਈ ਦੇਖ, ਚਾਰ ਚਾਰ ਫੁੱਟ ਦੀ ਇਹਨਾਂ ਦਾ ਕੱਦ ਮਾਸ਼ਾਅੱਲਾ ਜ਼ਿੰਦਾ ਵਜ਼ਨ ਵਲਾਇ ਵੀ 70 75 ਕਿਲੋ ਇੱਕ ਇੱਕ ਜ਼ਬਰਦਸਤ। ਚਲੇ ਬਾਬਾ ਜੀ ਬਿਸਮਿਲਲਾ ਕਰਕੇ ਮੈਂ ਇੱਕ ਇੱਕ ਬੱਕਰੀ ਕੇ ਦਾਂਤ ਔਰ ਇੱਕ ਇੱਕ ਬੱਕਰੀ ਆਪਨੇ ਚੈੱਕ ਕਰਵਾਨੀ, ਕਿਉਂਕਿ ਇਹ ਸਪੈਸ਼ਲ ਵੀਡੀਓ ਉਨ ਲੋਗੋਂ ਕੇ ਲਈ ਜੋ ਕਹਤੇ ਹੈ ਸਪੈਸ਼ਲ ਵੀਡੀਓ। ਪਹਿਲੇ ਦਾਂਤ ਨਿਕਲੇ ਸੋ ਵਾਲੀ ਮੇ ਦੇ ਫਾਨੇ ਨਿਕਲੇ ਸੋ ਬੇਅਬ ਜਾਨਵਰ ਇਹ ਦੇਖ ਗਿਨੋ ਸਾਢੇ ਤਰੇ ਚਾਰ ਚਾਰ ਮਹੀਨੇ ਦਾ ਗਰੰਟੀ ਜਾ ਗੱਬਾ, ਯਾਨੀ ਕਿ ਗਰੰਟੀ ਕੇ ਸਾਥ ਆਪਨੇ ਲੰਦੋ ਸੇ ਗੱਬਨ ਕਰਕੇ ਦੇਣੀ ਹੈ। ਔਰ ਅਗਰ ਕੋਈ ਫਾਰਮ ਪਿਆਣਾ ਚਾਹੇ ਤੋ ਕਿਤਨੇ ਦਿਨ ਕਾ ਇਸ ਲਾਟ ਕਾ ਟਾਈਮ ਹੈ? ਅੱਜ ਫਾਰਮ ਤੇ ਵੀਡੀਓ ਲੱਗਦੀ ਪਈ ਹੈ ਜੁਮੇ ਦੀ, ਕੱਲ 12 ਵਜੇ ਦਾ ਇਹਨਾਂ ਦਾ ਟਾਈਮ ਹੈ। ਠੀਕ ਹੈ ਬਾਬਾ ਜੀ, ਅਭੀ ਮੈਂ ਚਲਾ। ਇਤਨੀ ਆਫਰ ਜੁਮੇ ਦੀ ਮੈਂ ਲਈ ਖੜਾ ਤੇ ਜਲਦੀ ਜਰਾ ਰਾਬਤਾ ਕਰੇ ਸੀ ਕਿ ਨਾ ਬੱਕਰੀਆਂ ਦਾ ਫਾਇਦੇ ਬਾਜ ਰਹਾ ਸੀ। ਅੱਛਾ, ਪਹਿਲੇ ਸੂਏ ਕੀ ਬੱਕਰੀਆਂ ਵੀ ਆਪਨੇ ਬਤਾਈ ਹੈ, ਅਲਹਮਦੁਲਿਲਾ ਸੇ ਹਵਾਨਾ ਦੇਖੇ ਅਭੀ। ਪਹਿਲੇ ਸੂਏ ਕੇ ਅੰਦਰ ਬੱਕਰੀ ਮਾਸ਼ਾਅੱਲਾ ਸੂਏ ਜੀ ਬੱਕਰੀ ਖੜੀ ਹੈ ਔਰ ਇਹ ਆਪਕੇ ਸਾਹਮਣੇ ਮਾਸ਼ਾਅੱਲਾ ਹਵਾਨਾ ਬਣਾ ਰਹੀ ਹੈ। ਕਿਆ ਬੱਕਰੀਆਂ, ਜ਼ਬਰਦਸਤ ਨਵੀਆਂ ਬੱਕਰੀਆਂ ਹਨ ਮਾਸ਼ਾਅੱਲਾ ਜਨਾਬ, ਕੀ ਬਾਤ ਹੈ। ਅਲਹਮਦੁਲਿਲਾ ਸੇ ਅਭੀ ਆਪਕੋ ਬੱਕਰੀਆਂ ਬਾਬਾ ਉਸਮਾਨ ਸਾਹਿਬ ਇੱਕ ਇੱਕ ਕਰਕੇ ਚੈੱਕ। ਪਹਿਲੇ ਨੰਬਰ ਤੇ ਇਹ ਤੋਂ ਕੋ ਮੈਂ ਬੱਕਰੀ ਦੇ ਦਿਖਣਾ ਨਾ ਪਿਆ, ਗੁਲਾਬੀ ਚਿੱਟੀ ਜ਼ਬਰਦਸਤ। ਚਲੇ ਬਾਬਾ ਜੀ ਇਸਕੋ ਜਾਣੇ ਦੇ ਮਾਸ਼ਾਅੱਲਾ ਦੇ ਨੰਬਰ ਸੈਕੰਡ ਵਾਲੇ ਲੈ ਮਾਸ਼ਾਅੱਲਾ, ਇਹ ਜੋ ਪਹਿਲੇ ਨੰਬਰ ਤੇ ਬੱਕਰੀ ਵੇਂਦੀ ਜ਼ਬਰਦਸਤ ਹੋ ਗਿਆ ਜਨਾਬ। ਮਾਸ਼ਾਅੱਲਾ ਫੂਲ ਹੈ ਗੁਲਾਬ ਕੇ ਮਾਸ਼ਾਅੱਲਾ। ਅਗਰ ਆਪ ਦੋਸਤੋਂ ਕੋ ਇਹ ਚਾਹੀਏ 10 ਬੱਕਰੀਆਂ ਕੀਮਤ ਦੇਤੇ ਹੈ ਇਨਸ਼ਾਅੱਲਾ ਬਾਬਾ ਉਸਮਾਨ ਸਾਹਿਬ। ਔਰ ਇਹ ਨੰਬਰ 2 ਕੇ ਉੱਪਰ ਬੱਕਰੀ ਆ ਰਹੀ ਹੈ ਮਾਸ਼ਾਅੱਲਾ। ਨੰਬਰ ਤੇ ਬੱਕਰੀ ਦੇ ਕੋਈ ਤਾਂ ਨਕੋੜ ਤੇ ਦੇ ਮਾਸ਼ਾਅੱਲਾ, ਹੱਥ ਜਲਾ ਨਕੋੜੇ ਨਕੋੜ। ਕੀ ਬਾਤ ਹੈ ਜਨਾਬ ਮਾਸ਼ਾਅੱਲਾ, ਵੀ ਹੋਣਗੇ ਵੀ ਤਕਰੀਬਨ 4 4 ਜਾਂ 2 2 ਦਾਤ ਮਾਸ਼ਾਅੱਲਾ, 4 4 ਬੱਕਰੀਆਂ ਮਾਸ਼ਾਅੱਲਾ। ਇਹ ਹਵਾਨਾ ਦੇਖ ਬਿਲਕੁਲ ਤਿਆਰੀ ਮੈਂ ਮਾਸ਼ਾਅੱਲਾ ਬੱਕਰੀਆਂ, ਔਰ ਆਪਕੇ ਸਾਹਮਣੇ ਚੱਲ ਵੀ ਨਹੀਂ ਸਕਤੀ ਅਲਹਮਦੁਲਿਲਾ ਦੇ 3-3 ਬੱਚੇ ਦੇਣੇ ਵਾਲੇ ਇਹ ਬੱਕਰੀਆਂ ਮਾਸ਼ਾਅੱਲਾ। ਬੱਕਰੀ ਦੇਖ ਕੀ ਬਾਤ ਹੈ ਨਾ ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਇਹ 3 ਨੰਬਰ ਤੇ ਬੱਕਰੀ ਦੇਖ, ਇਹ ਨੰਬਰ 3 ਕੇ ਉੱਪਰ ਜੀ ਮਾਸ਼ਾਅੱਲਾ। ਮੁਬਾਰਕ ਹੈ ਅੱਜ ਜਰਾ ਰਫਤਾ ਕਰੇ ਸੀ ਮਾਸ਼ਾਅੱਲਾ ਜਨਾਬ ਮਾਸ਼ਾਅੱਲਾ। ਇਹ ਨੰਬਰ ਤੀਸਰੇ ਕੇ ਉੱਪਰ ਬੱਕਰੀ ਦੇਖੇ ਔਰ ਇਨਕੀ ਕੁਆਲਿਟੀ ਚੈੱਕ ਕਰੇ ਮਾਸ਼ਾਅੱਲਾ। ਇਹ ਆ ਗਿਆ 4 ਨੰਬਰ ਕੇ ਉੱਪਰ ਬੱਕਰੀ, ਛੋਟੇ ਸਿੰਘ ਹੈ ਮਾਸ਼ਾਅੱਲਾ, ਚਿਪਟੇ ਹੋਏ ਬਿਲਕੁਲ ਗੁਲਾਬ ਕੇ ਫੂਲ ਮਾਸ਼ਾਅੱਲਾ, ਜ਼ਬਰਦਸਤ ਨਵੀਆਂ ਬੱਕਰੀਆਂ ਦੁੰਚਾ ਮਾਸ਼ਾਅੱਲਾ। ਚੱਲਣ ਦੇ ਚਲਾ ਫਿਰ ਆ ਕੇ ਆਪ ਦੋਸਤੋਂ ਨੂੰ ਇਸੇ ਲਈ ਚੈੱਕ ਕਰਾ ਰਹੇ ਤਾਂ ਕਿ ਆਪ ਦੋਸਤ ਅਲਹਮਦਾ ਦੇ ਸਹੀ ਤਰ੍ਹਾਂ ਸੇ ਜਾਨਵਰ ਕੋ ਚੈੱਕ ਕਰ ਸਕੇ ਮਾਸ਼ਾਅੱਲਾ। ਇਹ ਆਪ ਚੈੱਕ ਕਰ, ਆ ਇਹ ਦੇਖ ਇਹ 5ਵੇਂ ਨੰਬਰ ਤੇ ਦੇਖ ਵਾ ਬੱਕਰੀ, ਇਹ ਨੰਬਰ 5 ਕੇ ਉੱਪਰ ਦੀ ਇਹ ਫੁੱਲ ਇਹ ਵਾਲੀ ਆ ਰਹੀ ਹੈ। ਚਲੇ ਜਾਣੇ ਦੇ ਬਾਬਾ, ਇਹ 5ਵੇਂ ਨੰਬਰ ਤੇ ਰਹਿੰਦੀ ਪਈ ਹੈ। ਇਹ ਦੇਖੇ ਜੀ ਮਾਸ਼ਾਅੱਲਾ 4 ਔਰ 5 ਨੰਬਰ ਵਾਲੀ ਬੱਕਰੀਆਂ, ਔਰ ਇਹ 6 ਨੰਬਰ ਕੇ ਉੱਪਰ ਬੱਕਰੀ ਆ ਰਹੀ ਹੈ ਮਾਸ਼ਾਅੱਲਾ। 6 ਨੰਬਰ ਵਾਲੀ ਬੱਕਰੀ, ਇਹ ਆਪਕੋ ਥੋੜਾ ਕਲੀਅਰ ਕਰਕੇ ਕੱਲਾ ਕੱਲਾ ਕਿਉਂ ਦਿਖਿਆਦਾ ਮਤਾਂ ਕੋਈ ਇੱਕ ਜਾਦੂ ਜਨਗੇ ਦੇ ਬਿਲਕੁਲ ਇਹੀ ਗੱਲ ਹੋ ਰਹੀ ਹੈ। ਔਰ ਬਾਬਾ ਜੀ ਇਹਨਾਂ ਦਾ ਵਜ਼ਨ ਕਿੰਨਾ ਬਤਾਇਆ ਫੀ ਬੱਕਰੀ ਦਾ? 70 75 ਕਿਲੋ ਮਾਸ਼ਾਅੱਲਾ। ਇਹ ਦੇਖੇ ਚੱਲ ਵੀ ਨਹੀਂ ਸਕਦੀ ਬੱਕਰੀਆਂ, ਇਤਨਾ ਵਜ਼ਨੀ ਹੈ। ਔਰ ਅਗਰ ਆਪ ਦੋਸਤੋਂ ਕੋ ਚਲਾ ਫਿਰਾ ਕੇ ਇਹ ਜਾਨਵਰ ਚੈੱਕ ਕਰਾਏਗੇ ਜਬ ਆਪਕੋ ਫਿਰ ਵੀ ਸਮਾਂ ਲੱਗ ਜਾਏਗਾ। ਇਹ ਦੇਖ ਹੁਣ ਇਹਦਾ ਨਕੋੜ ਦੇ ਮਾਸ਼ਾਅੱਲਾ, ਇਹ ਪਹਿਲੇ ਸੂਆ ਵਾਲੀ ਹੈ ਜ਼ਬਰਦਸਤ। 5 ਇਹ 5 ਫੁੱਟ ਦਾ ਜਾਨਣ ਜਾਨਣ ਦੇ ਬਾਬੂ ਜੀ ਮਾਸ਼ਾਅੱਲਾ। ਇਹ ਆਪ ਦੇਖ ਮਾਸ਼ਾਅੱਲਾ ਜੀ ਜ਼ਬਰਦਸਤ ਹੋ ਗਿਆ। ਕੀ ਬਾਤ ਹੈ, ਚੀਜ਼ਾਂ ਆਪ ਚੈੱਕ ਕਰ ਰਹੇ ਹੋ ਔਰ ਰੇਟ ਵੀ ਆਪ ਚੀਜ਼ੇ ਰਾਜ ਮੁੱਲ ਫਰ ਮਾਸ਼ਾਅੱਲਾ ਬੋਲੀ ਜਾਨਣ ਮੈਂ ਸਮਾਏ ਇਹ ਬਿਲਕੁਲ ਮੁਨਾਸਬ ਰੇਟ ਮੁਨਾਸਬ ਰੇਟ ਹੋਗਾ। ਰਾਜਨਪੁਰੀ 2 ਦਾਂਤ ਔਰ 4 ਦਾਂਤ ਜੇ ਅਗਰ ਆਪ ਦੋਸਤੋਂ ਨੇ ਬੱਕਰੀਆਂ ਪਰਚੇਜ਼ ਕਰਨੀ, ਇਹ ਦੇਖੇ ਜੀ ਮਾਸ਼ਾਅੱਲਾ 70 75 ਕਿਲੋ ਬਟਾ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। 4 ਦਾਂਤ ਔਰ 2 ਦਾਂਤ ਦੇ ਅੰਦਰ ਮਾਸ਼ਾਅੱਲਾ। ਅਭੀ ਆਪਕੋ ਲਾਸਟ ਬੱਕਰੀ ਦਿਖਾ ਰਹੇ ਹਾਂ, ਇਹ ਬੱਕਰੀ ਦੇਖਦਾ ਮੈਂ ਨੰਬਰ ਤੇ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਜਾਣ ਦੇ ਬਾਬਾ ਜੀ, ਔਰ ਅਭੀ ਆਏ ਅਲਹਮਦੁਲਿਲਾ ਤੇ ਮੈਂ ਇੱਕ ਇੱਕ ਕਰਕੇ ਆਪਨੇ ਚੈੱਕ ਕਰਾਈ ਔਰ ਪੂਰੀ ਲਾਟ ਅਭੀ ਚੈੱਕ ਕਰਵਾਏ ਮਾਸ਼ਾਅੱਲਾ। ਆ ਬੱਕਰੀ ਦੀ ਲਾਟ ਦੇਖਣ ਓਏ ਅੱਜ ਚੁੰਮੇ ਦੀ ਆਫਰ ਓਏ ਅੱਜ ਸੋਚ ਕੇ ਇਹ ਦੇਖੋ ਆਫਰ ਕਹੀਂ ਨਹੀਂ ਦੇਵਣੀ ਮਾਸ਼ਾਅੱਲਾ। ਇਹ ਬੱਕਰੀਆਂ ਵੀ ਦੁਬਾਰਾ ਨਹੀਂ ਮਿਲਣਗੀ, ਆਖਰੀ ਆਫਰ ਬੱਕਰੀਆਂ ਦਾ ਆਜਾ ਸਰ। ਚਲੇ ਬਾਬਾ ਜੀ ਬਿਸਮਿਲਾ ਕਰਕੇ ਮੈਂ ਇਨਕੀ ਕੀਮਤ ਬਤਾ ਦੇ ਅਭੀ ਇੱਕ ਧਮਾਕੇਦਾਰ ਕੀਮਤ 70,000 60,000 60,000 ਯਾਨੀ ਕਿ 4 ਲੱਖ ਰੁਪਏ ਕੇ ਅੰਦਰ ਇਹ ਪੂਰਾ ਸੈੱਟ ਆਪ ਦੇ ਰਹੇ ਹੋ? ਸੱਚੇ 4 ਲੱਖ ਦਾ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਕੀ ਬਾਤ ਹੈ, ਇਹ ਬੱਕਰੀਆਂ ਦੇਖ ਕੇ ਮੇਰਾ ਬਈ ਦੇਖ ਆ ਜੇ 50 ਬੱਕਰੀਆਂ ਹੈ ਅੱਜ ਤੱਕ 40,000 ਦੇ ਦਾ ਪਿਆ ਬਜਲ ਵਿਆਹ ਵਜੇ ਲੱਖ ਲੱਖ ਰੁਪਏ ਦੀ ਬਜਲ ਦੀ ਬਾਤ ਹੈ ਮਾਸ਼ਾਅੱਲਾ ਜੀ ਜ਼ਬਰਦਸਤ। ਜਿਹੜੇ ਵਾਲਾ ਬੱਚੇ ਦੇ ਦੇ ਤੂੰ ਵੇਚਣ ਪਾ ਰਹੀ ਹੈ ਅੱਜ 4 ਲੱਖ ਦੀ ਗਿਆ 10 ਲੱਖ ਦੀ ਮਾਸ਼ਾਅੱਲਾ। ਯਾਨੀ ਕਿ 4 ਲੱਖ ਰੁਪਏ ਦੀ ਬੱਕਰੀਆਂ ਲੈ ਕੇ 10 ਲੱਖ ਰੁਪਏ ਕੀ ਆਪ ਵੇਚੇ? ਜਦੋਂ ਬੱਚੇ ਹੋ ਜਾਵਣ
بالکل، یعنی کہ اگر آپ کو الحمد للہ سے اگر آپ دوست ہے کاٹو پہ لینا تین مہینے کے اندر 6 لاکھ روپے کی بچی، 6 لاکھ روپے طرح ملی تھی بچہ، زبردست ہو گیا ماشاء اللہ، زبردست ہو گیا، یہ 50 ہزار یعنی کہ 1 لاکھ روپے لگا دیں، 5 لاکھ روپے، 5 لاکھ روپیہ 3 مہینے کے اندر 5 لاکھ روپے کی بچہ، اس طرح کا آپ کو بزنس دوبارہ نہیں ملے گا، سستا مال بغیر باب عثمان بچی پتہ ہے ماشاءاللہ، پورے ملک پورے پاکستان کو پتہ ہے۔ اچھا بابا جی ایک آفر اور بھی دے دیں، کارگو کا کیا سسٹم ہوگا اگر کوئی کارگو کا طریقہ یہ ہے، آج دیکھ جمعہ جی عجیب ہار ہے، موسم کی خرابی ہے، نہ تو میں ویڈیو تو کو اچھی جنو اچھی لگا دوں ہاں، آج قیمت سن کے جی یعنی کہ 4 لاکھ روپے میں بابا عثمان صاحب یعنی کہ ایک فارم بنا کے دے رہے ہیں آپ ماشاء اللہ، ماشاء اللہ 4 لاکھ زبردست ہو گیا، چلیں بابا جی بہت بہت شکریہ الحمد للہ سے آج کی ویڈیو کا ٹاپک بغیر ماشاء اللہ جی زبردست ہو گیا، یعنی کہ گبن بکریاں آپ کو 50 کی 60 کی 70 ہزار روپے کی دیں گے لیکن بابا عثمان صاحب آپ کو صرف اور صرف 40 ہزار روپے میں الحمد للہ سے گبن تیار، بالکل یعنی کہ آج کے دن کی آفر ہے، صرف آج ہی رابطہ کریں، 4 لاکھ روپے کے اندر 10 بکریاں لے کے جائیں الحمد للہ سے وہ بھی بابا عثمان کے ڈیرے سے ماشاء اللہ۔ اگر آپ دوستوں کو ویڈیو کا یہ کلپ پسند آیا ہو تو آج کی ویڈیو بڑی زبردست ہے ماشاء اللہ، بالکل جی زبردست ہو گیا ماشاء اللہ، زبردست ہو گیا، خیال کرا ہے ایک دو بکریاں ہیں آج جلدی شام کا رابطہ کر، یہ اپنی لاٹ ٹوکن بھی آنا لگوا اپنے نام کروا، بالکل یعنی کہ ٹوکن بھی آنا لگوا کے لندر سے نام کروا بھائی چاچا، آج 5 لاکھ 3 لاکھ روپیہ 4 مہینے گھر بیٹھے، بالکل زبردست ہو گیا ماشاء اللہ، چلیں بابا جی بہت بہت شکریہ، جزاک اللہ باقی ان شاء اللہ کل والی ویڈیو میں جلد ملاقات ہوگی، دعاؤں میں یاد رکھا کریں، اوکے اللہ حافظ۔